ਡੀਬਰੂਗੜ ਦੀ ਅਸਾਮ ਦੀ ਚੋਣੀ ਡਿਟੈਂਸ਼ਨ ਸੈਂਟਰ ਦੀ ਇਸ ਮਸਲੇ ਚ ਕਿਉਂ ਹੋਈ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਵੀ ਐਨਐਸਏ ਲੱਗਣ ਤੋਂ ਬਾਅਦ ਕਿਸੇ ਸੈਂਟਰ ਚ ਰੱਖਿਆ ਜਾ ਸਕਦਾ ਜਾਂ ਫਿਰ ਇਹ ਕਾਨੂੰਨ ਕਹਿੰਦਾ ਹੈ ਕਿ ਤੁਹਾਨੂੰ ਉਸ ਬਾਹਰਲੇ ਸੂਬੇ ਚ ਹੀ ਰੱਖਿਆ ਜਾਣਾ ਚਾਹੀਦਾ ਦੇਖੋ ਇਹ ਐਨਐਸਏ ਇਨਾਂ ਨੇ ਰੈਪਲਾਈਸ ਦੱਸਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਲਾਈ ਹੈਗੀ ਹੈ ਜੀ ਅੰਮ੍ਰਿਤਸਰ ਦੀ ਪੁਲਿਸ ਨੇ ਸਰਾ ਖੁਸ਼ ਕੀਤਾ ਹੈ ਦੀ ਇਸ ਰੂਰੀ ਨਹੀਂ ਹੁੰਦਾ ਕਿ ਐਨਐਸਸੀ ਦੇ ਵਿੱਚ ਬੰਦਾ ਤੁਸੀਂ ਬਾਹਰ ਹੀ ਲੈ ਜਾਣਾ ਜੂਪੀ ਦੇ ਵਿੱਚ ਕਿੰਨੇ ਲੋਕਾਂ ਤੇ ਲੱਗੀ ਆ ਉਹ ਸਾਰੇ ਬੰਦੇ ਯੂਪੀਸੀ ਰੱਖਿਆ ਹੈਗੇ ਨਹੀਂ ਜਦੋਂ ਤੁਹਾਡੇ ਕੋਲ ਐਡੀ ਵੱਡੀ ਪੱਦਰ ਤੇ ਪੰਜਾਬ ਚ ਫੌਜ ਵੇਖੋ ਕਿੰਨੀ ਹੈਗੀ ਹੈ ਪੰਜਾਬ ਪੁਲਿਸ ਦੀ ਆਪ ਦੀ ਨਫਰੀ ਜਿਹੜੀ ਹੈ 80000 ਬੰਦਾ ਹੈ ਜੀ ਤੇ ਇੰਨੀਆਂ ਸੜਕੋ ਜ਼ਿਲ੍ਹਾ ਹੈਗੀਆਂ ਨੇ ਤੇ 8-10 ਬੰਦੇ 15 ਬੰਦਿਆਂ ਨੂੰ ਇੱਥੇ ਐਂਟਰਟੇਨ ਕਰਨਾ ਕੋ ਔਖਾ ਕੰਮ ਨਹੀਂ ਸੀ ਹੈਗਾ ਪਰ ਫਿਰ ਵੀ ਅਸੀਂ ਕੋਰਟ ਨੂੰ ਦੱਸਿਆ ਕਿ ਜਿਹੜੇ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖੈਰਾ ਸਾਹਿਬ ਨੇ ਉਹਨਾਂ ਦੇ ਫਾਦਰ ਪ੍ਰੋਫੈਸਰ ਸੁਖਜਿੰਦਰ ਸਿੰਘ ਨੂੰ ਵੀ ਐਵੇਂ ਆਊਟ ਆਫ ਸਟੇਟ ਰੱਖਿਆ ਸੀ ਉਹਨਾਂ ਨੇ ਪੰਜਾਬ ਤੋਂ ਬਾਹਰ ਐਨਐਸਏ ਲਾ ਕੇ ਉਦੋਂ ਕੋਰਟ ਨੇ ਆਰਡਰ ਕੀਤਾ ਸੀ ਕਿ ਵਕੀਲਾਂ ਦਾ ਖਰਚਾ ਹੈ ਪਰਿਵਾਰ ਦੀ ਟਰੈਵਲਿੰਗ ਦਾ ਖਰਚਾ ਪੰਜਾਬ ਸਰਕਾਰ ਦੇਊਗੀ ਜੀ ਸਾਡਾ ਇੱਥੇ ਬੜੀ ਸਪੈਸੀਫਿਕ ਡਿਮਾਂਡ ਹੈ ਕਿ ਜੇ ਤੁਸੀਂ ਲਾਇਆ ਹੈਗਾ ਇਹਨਾਂ ਤੇ ਐਨਐਸਏ ਫਿਰ ਪਰਿਵਾਰਾਂ ਦਾ ਤੇ ਉਹਨਾਂ ਦੇ ਵਕੀਲਾਂ ਦਾ ਖਰਚਾ ਸਰਕਾਰ ਦੇ ਦੇਣ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਅਦਾਲਤ ਦੇ ਅਗਲੇ ਹੁਕਮਾਂ ਤੱਕ ਕਿਉਂਕਿ ਕਿਹਾ ਗਿਆ ਕਿ 24 ਅਪ੍ਰੈਲ ਨੂੰ ਜਦੋਂ ਜਵਾਬ ਆ ਜਾਣਗੇ ਸਾਰੇ ਫਿਰ ਹੋ ਸਕਦਾ ਹੈ ਇਹਦਾ ਨਪਟਾਰਾ ਹੀ ਹੋ ਜਾਵੇ ਅਗਲੀਆਂ ਸੰਭਾਵਨਾਵਾਂ ਕੀ ਵੱੜ ਰਹੀਆਂ ਨੇ ਅਦਾਲਤੀ ਹੁਕਮ ਕੀ ਹੋ ਸਕਦੇ ਨੇ ਕਿਉਂਕਿ ਇੱਕ ਵਕੀਲ ਜਿਹੜੇ ਵਿਚਰ ਰਹੇ ਹੁੰਦੇ ਉਹਨਾਂ ਨੂੰ ਇੰਨੀ ਕਿਤਾ ਹੋ ਜਾਂਦੀ ਹੈ ਇਸ਼ਾਰਾ ਹੋ ਜਾਂਦਾ ਹੈ ਕਿ ਹੋ ਕੀ 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 ਸਕਦਾ ਇਸ ਮਸਲੇ 'ਚ ਤਿੱਖੂ ਯੂਪੀ ਦੇ ਵਿੱਚ ਅਪ੍ਰੋਕਸੀਮੇਟਲੀ 94 ਐਨਐਸਏ ਦੇ ਕੇਸ ਪਿਛਲੇ ਸਾਲ ਸਕ੍ਰੈਪਟ ਹੋਏ ਨੇ 2020 ਦੇ ਵਿੱਚ ਜੀ ਚੰਤੀ ਡਿਸਟ੍ਰਿਕਟ ਦੇ ਵਿੱਚ ਯੂਪੀ ਦੀ ਗਵਰਨਮੈਂਟ ਨੇ ਵਕਫਾ ਖ ਲੋਕਾਂ ਦੇ ਖਿਲਾਫ ਐਨਐਸਏ ਲਾਈ ਹੋਈ ਸੀ ਜਿਸ ਉਹ ਹੀ ਬੜਾ ਕਮਜ਼ੋਰ ਕੇਸ ਹੈ ਅਸੀਂ ਬੜੇ ਹੋਪਫੁਲ ਹੈ ਕਿ 24 ਨੂੰ ਇਹ ਟੁੱਟ ਜਾਊਗਾ ਤਾਂ ਤੁਹਾਨੂੰ ਆਸ ਹੈ ਕਿ ਜਿਹੜਾ ਐਨਐਸਏ ਹੈ ਜਿੰਨਾ ਦਿਨਾਂ ਤੇ ਵੀ ਲੱਗਿਆ ਜਾਂ ਫਿਰ ਕੁਝ ਜਿਹੜੇ ਲੋਕ ਨੇ ਵਿੱਚੋਂ ਛਾਂਟ ਕੇ ਉਹਨਾਂ ਦਾ ਸਕ੍ਰੈਪ ਕੀਤਾ ਜਾ ਸਕਦਾ ਹੈ ਨਪਟਾਰਾ ਕੀਤਾ ਜਾ ਸਕਦਾ ਹੈ ਕਿਉਂਕਿ ਜਿਹੜੇ ਕੇਸ ਨੇ ਉਹ ਜਿਹੜੇ ਫਾਈਲ ਕੀਤੇ ਨੇ 1 ਵਾ 1 ਕਿਉਂਕਿ ਅਲੱਗ-ਅਲੱਗ ਪਟੀਸ਼ਨਸ ਨੇ ਉਹ ਕੱਲੀ-ਕੱਲੀ ਪਟੀਸ਼ਨ ਤੇ ਸੁਣਵਾਈ ਹੋਏਗੀ ਫੈਕਟਸ ਆਫ ਦਾ ਕੇਸ ਸੁਣ ਕੇ ਫੇਰੀ ਕੋਟਾ ਨੂੰ ਸਕ੍ਰੈਪ ਕਰਨੀ ਹੈ ਜੀ ਮਤਲਬ ਇੱਕ ਜਿਹੜੇ ਲੋਕਾਂ ਚ ਸਵਾਲ ਬਣਿਆ ਹੋਇਆ ਕਿ ਜਿਹੜੇ ਐਨਐਸਏ ਲਗਾ ਕੇ ਜਿਨ੍ਹਾਂ ਨੂੰ ਲੈ ਕੇ ਗਏ ਡਿਬਰੂਗੜ ਕੀ ਉਹਨਾਂ ਨੂੰ ਪੰਜਾਬ ਵਾਪਸੀ ਵੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈ ਕਿ ਇਹ ਲੋਕਾਂ ਚ ਸਵਾਲ ਚੱਲ ਰਿਹਾ ਹੈ ਦੂਸਰਾ ਇਹ ਚੱਲ ਰਿਹਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਇਸ ਨੂੰ ਜਿਹੜਾ ਹੈ ਰੱਦ ਵੀ ਕੀਤਾ ਜਾ ਸਕਦਾ ਹੈ ਇਸ ਦਾ ਨਪਟਾਰਾ ਵੀ ਹੋ ਸਕਦਾ ਹੈ ਕੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹ ਹੁਕਮ ਆਉਂਦੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਗਾਇਆ ਗਿਆ ਪੁਲਿਸ ਵੱਲੋਂ ਲਗਾਇਆ ਗਿਆ ਐਨਐਸਏ ਹੈ ਜਿਹੜਾ ਉਸ ਨੂੰ ਯੂ ਟਰਨ ਪੁਲਿਸ ਨੂੰ ਲੈਣਾ ਪੈ ਸਕਦਾ ਹੈ ਬਿਕੁ ਹੁਣ ਸਰਕਾਰ ਨੇ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਹੈਗਾ ਜਸਟਿਸ ਰਫੀਕ ਨੂੰ ਉਹਦਾ ਚੇਅਰਮੈਨ ਲਾਤਾ ਹੈ ਜੀ ਤੇ ਉਹ ਟ੍ਰਾਇਲ ਸਾਰਾ ਚੰਡੀਗੜ੍ਹ ਹੋਣਾ ਹੈ ਜੀ ਤੇ ਫਿਰ ਅਸੀਂ ਵੇਖਦੇ ਆਂ ਕਿ ਪੰਜਾਬ ਦੇ ਅੱਗੇ ਕਰਜ਼ੇ ਚ ਡੁੱਬਿਆ ਪਿਆ ਹੈ ਸਰਕਾਰ ਦੀ ਕੀ ਮਜਬੂਰੀ ਹੈ ਕੱਲੇ-ਕੱਲੇ ਬੰਦੇ ਨੂੰ ਜਹਾਜ਼ ਤੇ ਤੁਸੀਂ ਲੈ ਕੇ ਜਾਂਦੇ ਹੋ ਹੂੰ ਤੇ ਇਹ ਸਾਰਾ ਜਿਹੜਾ ਖਰਚਾ ਹੈਗਾ ਸਾਡੇ ਪੰਜਾਬ ਤੇ ਪੈਣਾ ਹੈ ਹੂੰ ਤੇ ਇਹ ਬੜੀ ਵਧੀਆ ਗੱਲ ਹੈ ਜਦੋਂ ਇੱਥੇ ਬ੍ਰੈਲ ਜੇਲ ਦੇ ਵਿੱਚ ਤੁਸੀਂ ਐਡੇ ਐਡੇ ਵੱਡੇ ਖੜਕੂਆਂ ਨਾਲ ਰੱਖਿਆ ਹੋਇਆ ਹੈ ਇਹ ਜਿਹੜੇ 8-10 ਬੰਦੇ ਆ ਇਹਨਾਂ ਨੂੰ ਇੱਥੇ ਸ਼ਿਫਟ ਕਰ ਦੇਣਾ ਚਾਹੀਦਾ ਚੰਡੀਗੜ੍ਹ ਦੀ ਸਾਡੀ ਤੇ ਇਹ ਵੀਊ ਹੈਗਾ ਫਿਰ ਇਹ ਸਟੇਟ ਆਫ ਪੰਜਾਬ ਕੀ ਦੀਆਂ ਗਰਾਉਂਡਸ ਨੇ ਜੇ ਬੰਦਿਆਂ ਦੇ ਖਿਲਾਫ ਕੋਈ ਏਡੀ ਗੱਲ ਹੀ ਨਹੀਂ ਹੈਗੀ ਤੇ ਤੁਸੀਂ ਐਨਐਸਸੀ ਜਿਹੜਾ ਕਾਨੂੰਨ ਹੈ ਸੁਪਰੀਮ ਕੋਰਟ ਦੀਆਂ ਨੰਬਰ ਆਫ ਜਜਮੈਂਟਸ ਨੇ ਜਿਹੜੀਆਂ ਕਹਿੰਦੀਆਂ ਨੇ ਇਹ ਸਬਜੈਕਟਿਵ ਜੁਡੀਸ਼ੀਅਲ ਰਿਵਿਊ ਹੈਗਾ ਦੂਸਰੀ ਗੱਲ ਹੁਣ ਸੁਪਰੀਮ ਕੋਰਟ ਦੀ ਜਜਮੈਂਟ ਆ ਗਈ ਹੈ ਕਿ ਜਿਹੜਾ ਬੈਨੀਫਿਟ ਆਫ ਡਾਊਟ ਹੈ ਉਹ ਡੈਟੇਨੀ ਨੂੰ ਜਮਕਾ ਇਹ ਨੰਬਰ ਆਫ ਇਸ਼ੂਜ਼ ਹੈਗੇ ਨੇ ਇਹ ਐਨਐਸਸੀ ਮੇਡ ਆਊਟ ਨਹੀਂ ਹੁੰਦੀ ਸਰਕਾਰ ਕੋਲ ਬੜੀ ਕਾਲੀ ਕਾਲੀ ਨਾਲ ਫੈਸਲਾ ਲਿਆ ਗਿਆ ਹੈ ਤੇ ਇਹ 24 ਤਰੀਕ ਨੂੰ ਅਸੀਂ ਕੋਰਟ ਨੂੰ ਇਹ ਸਾਰਾ ਆਪ ਦਾ ਕੇਸ ਬਿਲਟ ਕਰਕੇ ਦੱਸਾਂਗੇ ਕਿ ਲੈਪਸ ਹੈਗੇ ਨੇ ਅਸੀਂ ਇਸ ਗੱਲਬਾਤ ਦਾ ਤੁਸੀਂ ਬਰੀਫ ਦੇ ਵਿੱਚ ਦੱਸਿਆ ਵਿਸਥਾਰ ਨਾਲ ਦੱਸਿਆ ਕਿ ਕੀ ਕੁਝ ਰਿਹਾ ਕੀ ਕੁਝ ਜਵਾਬ ਮੰਗੇ ਯੂਨੀਅਨ ਵਕੀਲ ਨੇ ਜਿਹੜੇ ਉਸ ਕੇਂਦਰ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਸਾਨੂੰ ਸਮਾਂ ਚਾਹੀਦਾ ਜਵਾਬ ਲਈ ਪਰ ਸਾਰੇ ਕਾਸੇ ਦੇ ਵਿੱਚ ਤੁਸੀਂ ਇਹ ਗੱਲ ਕਹੀ ਕਿ ਪੁਲਿਸ ਨੇ ਏਡੀ ਵੱਡੀ ਨਫਰੀ ਲਾਈ ਹੋਈ ਸੀ ਫਿਰ ਵੀ ਰਿਮਾਂਡ ਨਹੀਂ ਕੇਸ ਦੇ ਵਿੱਚ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਐਨਐਸਏ ਲਗਾਇਆ ਜਾਂਦਾ ਤਾਂ ਫਿਰ ਸਿੱਧਾ ਸੈਂਟਰ ਉਸ ਦੀ ਸਾਰੀ ਅਗਲੀ ਕਾਰਵਾਈ ਕਰਦਾ ਜਾਂ ਫਿਰ ਪੰਜਾਬ ਸਰਕਾਰ ਕੋਲ ਵੀ ਹੱਕ ਨੇ ਉਸ ਤੋਂ ਪੁੱਛਗਿੱਛ ਕਰਨ ਦੇ ਹੋਰ ਸਾਰੀਆਂ ਚੀਜ਼ਾਂ ਦੇਖੋ ਐਨਐਸਏ ਬੜਾ ਡਿਫਰੈਂਟ ਟੈਕਟ ਹੈ ਇਚ ਨਜ਼ਰਬੰਦ ਡੈਟਨੀ ਵਰਡਸ ਹੁੰਦੇ ਇਚ ਤੁਸੀਂ ਕਿਊਜ਼ ਨਹੀਂ ਕਹਿੰਦੇ ਹੈਗੇ ਇਹ ਉਹ ਪੋਜੀਸ਼ਨ ਹੈਗੀ ਹੈ ਜਿਹਦੇ ਵਿੱਚ ਕੋਈ ਸੀਆਰਪੀਸੀ ਅਪਲਾਈ ਨਹੀਂ ਹੁੰਦੀ ਹੈਗੀ ਮੇਨਟੇਨਬਿਲਟੀ ਤੇ ਅਸੀਂ ਕਾਟਰ ਨੂੰ ਦੱਸਿਆ ਸੀ ਕਿ ਇਚ ਹੈਵੀਸਟ ਕ੍ਰਿਮੀਨਲ ਰੈਟਰ ਅਪੀਟਿਸ਼ਨ ਹੀ ਅਪਲਾਈ ਹੁੰਦੀ ਹੈ ਕਿਉਂਕਿ ਇਚ ਕੋਈ ਪ੍ਰੋਸੀਜਰ ਤਾਂ ਐਪਲੀਕੇਬਲ ਨਹੀਂ ਹੈਗਾ ਤੇ ਉਹ ਸਾਰੇ ਜਿਹੜੇ ਐਸਪੈਕਟਸ ਨੇ ਜਦੋਂ ਐਨਐਸਸੀ ਕਿਸੇ ਬੰਦੇ ਦੇ ਖਿਲਾਫ ਲਾਉ ਨਹੀਂ ਹੁੰਦੀ ਹੈ ਤੇ ਉਧਰ ਚ ਪਹਿਲੇ ਗਰਾਉਂਡ ਤਿਆਰ ਕੀਤੀ ਜਾਂਦੀ ਹੈ ਗਰਾਉਂਡ ਦੇ ਵਿੱਚ ਦੱਸਿਆ ਜਾਂਦਾ ਐ ਇਨਸੀਡੈਂਟਸ ਹੈਗੇ ਨੇ ਆ ਸਪੈਸੀਫਿਕ ਇਨਸੀਡੈਂਟਸ ਨੇ ਜਿਹੜੇ ਸਟ੍ਰੇਟ ਦੀ ਇੰਟੈਗ੍ਰਿਟੀ ਨੂੰ ਖਤਰਾ ਹੋ ਸਕਦਾ ਹੈ ਸੁਵਰੈਨਿਟੀ ਨੂੰ ਖਤਰਾ ਹੋ ਸਕਦਾ ਹੈ ਇੱਥੇ ਤਾਂ ਕੋਈ ਐਸਾ ਹੈ ਹੀ ਨਹੀਂ ਜੀ ਤੁਸੀਂ ਦੇਖੋ 19000 ਬੰਦਾ ਤੁਸੀਂ ਫੌਜ ਦਾ ਬਾਹਰੋਂ ਲੈ ਕੇ ਪੈਰਾਮਿਲਟਰੀ ਫੋਰਸਸ ਲੈ ਕੇ ਆਏ ਹੋ ਸਾਰੀ ਪੰਜਾਬ ਪੁਲਿਸ ਫਾਈਲ ਆਈ ਹੋਈ ਹੈ